since i have mentioned earlier in many of my videos that the level of reading is quite normal now it is not that tough and talking about the pattern two out of three passages have the same level and the third one has a little bit difficult level okay here is the proof from a student and one more thing how to prepare this pattern and how to work on listening and writing everything is explained here ਪੇਪਰ ਦਾ ਐਕਸਪੀਰੀਅੰਸ ਮੇਰੇ ਅਧਰਿਆ ਆਪਾਂ ਨੂੰ ਪੇਪਰ ਉੱਥੇ ਫਿਲ ਕਰਨਾ ਚਾਹੀਦਾ ਜੋ ਵੀ ਲੋਕੇਸ਼ਨ ਆਪਣੇ ਨੀਅਰ ਹੋਮ ਹੋਵੇ ਠੀਕ ਹੈ ਦੂਰ ਦਾ ਨਹੀਂ ਮੇਰੇ ਅਕੋਰਡਿੰਗ ਫਿਲ ਕਰਨਾ ਚਾਹੀਦਾ ਕਿਉਂਕਿ ਅਗਰ ਨੇੜੇ ਹੋਗਾ ਆਪਾਂ ਵਿਦਆਊਟ ਕੋਈ ਵੀ ਪ੍ਰੈਸ਼ਰ ਜਿਹੜਾ ਉੱਥੇ ਆਰਾਮ ਨਾਲ ਪਹੁੰਚ ਜਾਗੇ ਤੇ ਇਸ ਲਈ ਸਾਡਾ ਪੇਪਰ ਵੀ ਵਧੀਆ ਹੀ ਹੋਊਗਾ ਹਨਾ ਤੇ ਜਦੋਂ ਮੈਂ ਉੱਥੇ ਸਭ ਤੋਂ ਪਹਿਲਾਂ ਸਾਡੀ ਲਿਸਨਿੰਗ ਹੋਈ ਲਿਸਨਿੰਗ ਵਧੀਆ ਸੀਗੀ ਹਨਾ ਆਰਾਮ ਨਾਲ ਉਹਨਾਂ ਨੇ ਲਾਈਕ ਬੁੱਕਲੇਟਸ ਵਗੈਰਾ ਸਾਨੂੰ ਡਿਸਟ੍ਰੀਬਿਊਟ ਕੀਤੀਆਂ ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਉਹ ਟੂ ਵਰਡਸ ਦੇ ਆਨਸਰ ਵੀ ਸੀਗੇ ਤੇ 3 ਵਰਡਸ ਦੇ ਵੀ ਆਨਸਰ ਸੀਗੇ ਉਹਦੇ ਵਿੱਚ ਹਨਾ ਆ ਪਾਰਟ 4 ਸੀਗਾ ਉਹ ਮੈਨੂੰ ਬਹੁਤ ਜ਼ਿਆਦਾ ਈਜ਼ੀ ਲੱਗਿਆ ਉਹਦੇ ਵਿੱਚ ਮੇਰੇ ਮੈਂ 110% ਕੈਸੇ ਜੇ ਮੈਂ 10 'ਚੋਂ 10 ਮੇਰੇ ਸਹੀ ਹੋਣਗੇ ਠੀਕ ਹੈ ਇੱਕ ਅੱਧਾ ਹੀ ਰੋਂਗ ਹੋਊਗਾ ਕੋਈ ਉਹ ਨਹੀਂ ਹੈਗਾ ਨੈਕਸਟ ਫਿਰ ਸਿੱਗੀ ਸਾਡੀ ਰੀਡਿੰਗ ਰੀਡਿੰਗ ਦਾ ਮੈਂ ਜਿਹੜਾ ਘਰੇ ਪ੍ਰੈਕਟਿਸ ਕਰਦੀ ਹੁੰਦੀ ਸੀ ਮੈਂ 15 ਮਿੰਟ ਸੀ ਕੈਪੈਸਿਵ ਨੂੰ ਲਾਈਕ ਜੋ ਮੈਂ ਫਰਸਟ ਅਟੈਂਪਟ ਕਰਦੀ ਸੀ ਕਿ ਉਹਨੂੰ 15 ਮਿੰਟਸ ਦਿੰਦੀ ਸੀਗੀ ਤੇ ਇਸ ਲਈ ਫਿਰ ਮੈਂ ਪਹਿਲਾ ਪੈਸੇਜ ਮੈਂ ਦੇਖਿਆ ਉਹਦੇ ਵਿੱਚ ਸੀਗੇ ਇਨਫੋਰਮੇਸ਼ਨ ਆਪਾਂ ਨੇ ਮੈਚ ਕਰਨੀ ਸੀਗੀ ਪੈਸੇਜ ਦੇ ਨਾਲ ਫਿਰ ਮੈਂ ਉਹਨੂੰ ਛੱਡ ਕੇ ਫਟਾਫਟ ਸੈਕਿੰਡ ਪੈਸੇਜ ਮੈਂ ਆਪਣਾ ਕਰਨ ਲੱਗ ਗਈ ਹਨਾ ਸੈਕਿੰਡ ਪੈਸੇਜ ਦੇ ਵਿੱਚ ਐਮਸੀਕਿਊ ਇਹ ट्रू ਫਾਲਸ ਸੀਗੇ ਫਿਰ ਮੈਂ ਔਵ ਵਾਲਾ ਪੈਸੇਜ ਕਰਕੇ ਫਿਰ ਮੈਂ ਥਰਡ ਪੈਸੇਜ ਕੀਤਾ ਫਿਰ ਮੈਂ ਫਰਸਟ ਪੈਸੇਜ ਤੇ ਜੰਪ ਕੀਤਾ ਫਰਸਟ ਪੈਸੇਜ ਦੇ ਵਿੱਚ ਪਹਿਲਾਂ ਮੈਂ ਫਿਲ ਅਪਸ ਕੀਤੀਆਂ ਲਾਈਕ ਨਹੀਂ ਫਿਲ ਅਪਸ ਨਹੀਂ ਸੀਗੇ ਉਹ 3 ਵਰਡ ਆਨਸਰ ਸੀਗਾ ਹਨਾ ਪਹਿਲਾਂ ਮੈਂ ਉਹ ਕੀਤਾ ਫਿਰ ਮੈਂ ਇਨਫੋਰਮੇਸ਼ਨ ਮੈਚ ਵਾਲੇ ਕੀਤੇ ਇਸ ਤਰ੍ਹਾਂ ਮੈਂ ਆਪਣੀ ਰੀਡਿੰਗ ਅਟੈਂਪਟ ਕੀਤੀ ਰੀਡਿੰਗ ਦੇ ਵਿੱਚ ਲਾਈਕ ਪ੍ਰੈਸ਼ਰ ਨਹੀਂ ਹਨਾ ਕ੍ਰੀਏਟ ਕਰਨਾ ਚਾਹੀਦਾ ਤੇ ਉੱਥੇ ਨਾ ਬੱਚੇ ਕਈ ਡਿਸਟਰਬੈਂਸ ਕਰਦੇ ਆ ਹਨਾ ਲਾਈਕ ਕੁਝ ਬੱਚੇ ਮੈਂ ਅੱਜ ਦੇਖੇ ਆ ਜਿਹੜੇ ਇੰਨਾ ਜ਼ਿਆਦਾ ਪ੍ਰੈਸ਼ਰ ਲੈ ਕੇ ਉਥੇ ਪੇਪਰ ਦੇ ਵਿੱਚ ਆਉਂਦੇ ਆ ਉਹ ਆਪਣੇ ਮੂੰਹ ਦੇ ਵਿੱਚ ਬੁੜਬੁੜ ਕਰੀ ਜਾਂਦੇ ਦੂਜੇ ਬੱਚਿਆਂ ਨੂੰ ਡਿਸਟਰਬ ਕਰੀ ਜਾਂਦੇ ਬਾਰ ਬਾਰ ਆਨਸਰ ਪੁੱਛੀ ਜਾਂਦੇ ਆ ਇੱਕ ਦੂਜੇ ਤੋਂ ਨਾ ਉਹਨਾਂ ਨੂੰ ਵੀ ਡਿਸਟਰਬੈਂਸ ਕਰਦੇ ਆ ਤੇ ਫਿਰ ਜਿਹੜਾ ਸੀਗਾ ਉਹਨਾਂ ਵੱਲ ਧਿਆਨ ਨਾ ਦੇ ਕੇ ਜਸਟ ਆਪਣੇ ਪੇਪਰ ਤੇ ਕਨਸੈਂਟਰੇਟ ਕਰਕੇ ਆਪਾਂ ਵਧੀਆ ਰੀਡਿੰਗ ਅਟੈਂਪਟ ਕਰ ਸਕਦੇ ਆ ਨੈਕਸਟ ਵੀਗਾ ਮੇਰਾ ਰਾਈਟਿੰਗ ਦਾ ਰਾਈਟਿੰਗ ਦੇ ਵਿੱਚ ਤਾਂ ਮੈਨੂੰ ਕਲਾਸ ਦੇ ਵਿੱਚ ਮੇਰੀ ਬਹੁਤ ਵਧੀਆ ਰਾਈਟਿੰਗ ਹੈ ਤੇ ਉਥੇ ਮੈਂ ਸਿਰਫ ਆਪਣਾ 35 ਮਿੰਟ ਦੇ ਵਿੱਚ ਆਪਣੀ ਜਿਹੜਾ ਟਾਸਕ ਟੂ ਹੈ ਮੈਂ ਕੰਪਲੀਟ ਕਰਤਾ ਸੀਗਾ ਹਾਲਾਂਕਿ ਮੈਂ 5 ਮਿੰਟ ਹੈ ਜਿਹੜੇ ਮੈਂ ਆਪਣੇ ਉਹਨੂੰ ਵੀ ਦਿੱਤੇ ਸੀਗੇ ਪ੍ਰੀ ਪਲੈਨਿੰਗ ਨੂੰ ਵੀ ਦਿੱਤੇ ਸੀਗੇ ਤੇ ਮੈਂ ਸਾਰੇ ਸਟਰਕਚਰ ਜਿਹੜੇ ਆ ਉਹ ਉਥੇ ਮਾੜੇ ਮਾੜੇ ਲਿਖੇ ਵੀ ਮੈਂ ਯੂਜ਼ ਕਰਨੇ ਤੇ ਮੈਂ ਉਹ ਯੂਜ਼ ਵੀ ਕਰੇ ਤੇ ਮੇਰੀ ਰਾਈਟਿੰਗ ਜਿਹੜੀ 35 ਮਿੰਟਸ ਦੇ ਵਿੱਚ ਹੋ ਗਈ ਸੀਗੀ ਫਿਰ ਮੈਂ ਟਾਸਕ 1 ਤੇ ਜਦੋਂ ਮੈਂ ਜੰਪ ਕੀਤਾ ਟਾਸਕ 1 ਤੇ ਸੀਗਾ ਲਾਈਕ ਉਹ ਫਲੋ ਚਾਰਟ ਸੀਗਾ ਪਰ ਉਹ ਪਹਿਲਾਂ ਮੈਨੂੰ ਸਮਝ ਨਹੀਂ ਆਇਆ ਮੈਂ ਜਸਟ ਆਪਣੀ ਇੰਟਰੋ ਤੇ ਓਵਰਆਲ ਲਿਖਿਆ ਹੌਲੀ ਹੌਲੀ ਫਿਰ ਮੈਨੂੰ ਸਮਝ ਆਇਆ ਵੀ ਉਹ ਹੈਕ ਹੈ ਫਿਰ ਮੈਂ ਜਸਟ ਲਿਖੀ ਗਈ ਲਿਖੀ ਗਈ ਤੇ ਉਦਾਂ ਮੈਨੂੰ ਉਹਦੇ ਸਟੈਪਸ ਵਗੈਰਾ ਸੀਗੇ ਜਿੱਦਾਂ ਸਰ ਨੇ ਨਾ ਆਪਾਂ ਨੂੰ ਲਾਈਨਸ ਵਗੈਰਾ ਬਣਾਉਣੇ ਦੱਸੇ ਸੈਂਟੈਂਸ ਸਟਰਕਚਰ ਉਵੇਂ ਮੈਂ ਉਹਨੂੰ ਲਿਖੀ ਗਈ ਤੇ ਉਹ ਵੀ ਮੇਰਾ ਵਧੀਆ ਅਟੈਂਪਟ ਹੋਇਆ ਰਾਈਟਿੰਗ ਦੇ ਵਿੱਚੋਂ ਮੈਨੂੰ ਕੋਈ ਉਹ ਨਹੀਂ ਹੈਗਾ ਮੇਰੇ ਵਧੀਆ ਬੈਂਡ ਆਣਗੇ ਰਾਈਟਿੰਗ ਤੇ ਲਿਸਨਿੰਗ ਦੇ ਵਿੱਚੋਂ ਵੀ ਵਧੀਆ ਬੈਂਡ ਆਣਗੇ ਅਪ ਟੂ 6.5 ਹੀ ਆਣਗੇ ਮੇਰੇ ਅਕੋਰਡਿੰਗ ਲਿਸਨਿੰਗ ਦੀ ਜਿਹੜੀ ਮੈਂ ਪ੍ਰੈਕਟਿਸ ਕਰਦੀ ਸੀਗੀ ਮੈਂ ਆਪਣੇ ਪਹਿਲਾ ਲਿਸਨਿੰਗ ਇੱਕ अटेम्प्ट ਕਰ ਲੈਣੀ ਆ ਡੇਲੀ ਮੈਂ ਇੱਕ ਲਿਸਨਿੰਗ ਹੀ अटेम्प्ट ਕਰਦੀ ਸੀਗੀ ਉਹਨੂੰ ਇਹ ਫੇਰ ਦੁਬਾਰਾ ਕਰਦੀ ਸੀਗੀ ਫਿਰ ਦੋਨਾਂ ਨੂੰ ਚੈੱਕ ਕਰਦੀ ਸੀਗੀ ਕਿ ਇਹਦੇ ਵਿੱਚੋਂ ਮੇਰੇ ਜੋ ਵੀ ਆਪਣੇ ਮਿਸਟੇਕਸ ਐ ਕਿਹੜੇ ਪਾਰਟ ਦੇ ਵਿੱਚ ਲਾਈਕ 1 ਤੋਂ 10 ਕੁਐਸਚਨ ਪਾਰਟ 1 ਐ ਜਿਹੜਾ ਉਹਦੇ ਵਿੱਚ ਲਈ ਸੀ ਕਿੰਨੇ ਮੇਰੇ ਸਹੀ ਨੇ ਅਗਰ ਉਸ ਦੇ ਵਿੱਚੋਂ ਮੇਰੇ 7 ਤੋਂ ਬਿਲੋ ਆ ਰਹੇ ਆ ਤਾਂ ਮੈਂ ਉਹਨੂੰ ਅਗੇਨ अटेम्प्ट ਕਰਨਾ ਉਹੀ ਪਾਰਟ 1 ਨੂੰ ਅਗਰ ਪਾਰਟ 2 ਵਿੱਚ ਕਰ ਰਹੀ ਆ ਪਾਰਟ 2 ਦੇ ਵਿੱਚੋਂ ਮੇਰੇ ਜ਼ਿਆਦਾ ਮਿਸਟੇਕ ਹੋ ਰਹੇ ਆ ਉਦੋਂ ਹੀ ਪਾਰਟ 3 ਪਾਰਟ 4 ਉਦੋਂ ਹੀ ਮੈਂ ਉਹਨੂੰ ਉਸ ਚੀਜ਼ ਨੂੰ ਹੀ ਬਾਰ ਬਾਰ ਅਟੈਂਪਟ ਕਰੀ ਮੈਂ ਜ਼ਿਆਦਾ ਲਿਸਨਿੰਗ ਕਰਨ ਦੇ ਵਿੱਚ ਬਲੀਵ ਨਹੀਂ ਰੱਖਦੀ ਇੱਕ ਲਿਸਨਿੰਗ ਕਰੋ ਪਰ ਉਹਨੂੰ ਇਹ ਦੁਬਾਰਾ ਕਰੋ ਉਹਦੇ ਵਿੱਚੋਂ ਹੀ ਆਪਣੀਆਂ ਮਿਸਟੇਕਸ ਐਨਲਾਈਜ਼ ਕਰੋ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਮੇਰੇ ਅਕੋਰਡਿੰਗ ਜੋ ਪੁਰਾਣੀਆਂ ਆਪਣੀਆਂ ਰੀਡਿੰਗਸ ਐ ਉਹੀ ਰਿਪੀਟ ਹੋ ਰਹੀਆਂ ਉਹਨੂੰ ਆਪਾਂ ਜੋ ਪੈਸੇਜ ਆ ਉਹਨੂੰ ਜ਼ਿਆਦਾ ਅੰਡਰਸਟੈਂਡ ਕਰੀਏ ਉਹਦੇ ਵਿੱਚ ਕੀ ਆ ਲਾਈਕ ਉਹਦੇ ਜਿਹੜੇ ਕੁਐਸਚਨਸ ਐ ਉਹਨਾਂ ਨੂੰ ਘੱਟ ਉਹ ਕਰਕੇ ਇੱਕ ਅਟੈਂਪਟ ਕਰ ਲਈ ਲਿਸਨਿੰਗ ਠੀਕ ਐ ਜਿੱਦਾਂ ਆਪਾਂ ਨਿਊਜ਼ਪੇਪਰ ਰੀਡ ਕਰਦੇ ਆ ਜੇ ਮੈਂ ਇਹ ਚਾਹੁੰਦੀ ਆ ਵੀ ਅਗਰ ਆਪਾਂ ਉਹਦੀ ਜਿਹੜੀ ਰੀਡਿੰਗ ਐ ਉਹ ਰੀਡਿੰਗਸ ਨੂੰ ਹੀ ਬਾਰ-ਬਾਰ ਆਪਾਂ ਕਰੀਏ ਤਾਂ ਕਿ ਆਪਾਂ ਨੂੰ ਉਹਦੇ ਵਿੱਚ ਪੂਰੀ ਅੰਡਰਸਟੈਂਡਿੰਗ ਹੋ ਜAVE ਅਗਰ ਐਗਜ਼ਾਮ ਦੇ ਵਿੱਚ ਆਵੇ ਕੁਐਸਚਨ ਨੂੰ ਫਿਰਕੇ ਵੀ ਆਉਣ ਤਾਂ ਆਪਾਂ ਨੂੰ ਪਤਾ ਹੋਵੇ ਵੀ ਹਾਂ ਇਹਦੇ ਵਿੱਚ ਇਸ ਬਾਰੇ ਚੀਜ਼ ਬਾਰੇ ਗੱਲ ਹੋ ਰਹੀ ਹੈ Thank you so much for your views, Sukman. And thank you so much guys for watching. Keep loving, keep supporting. More and more videos are coming related to IELTS. Let's start working hard.